ਹੈਲੋ एवरीवन ਵੈਲਕਮ ਟੂ ਦਾ ਟੈਟ ਬਜਰ ਮੈਂ ਦੀਪਕ ਬੋਹਲ ਪੰਜਾਬ ਤੋਂ ਟੈਟ ਬਜਰ ਦੇ ਇਸ ਪਲੈਟਫਾਰਮ ਉੱਪਰ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਹਾਂ ਸਾਥੀਓ ਅੱਜ ਜਿਹੜਾ ਹੈ ਆਪਣਾ ਜੋ ਪ੍ਰੈਕਟਿਸ ਸੈੱਟ ਚੱਲ ਰਿਹਾ ਹੈ 88435 ਜੋਬਸ ਦੇ ਨਾਲ ਰਿਲੇਟਿਡ ਸਬੰਧਿਤ ਉਸ ਦਾ ਜਿਹੜਾ ਡੇ 3 ਹੈ ਯਾਨੀ ਕਿ ਤੀਸਰਾ ਦਿਨ ਹੈ ਜਿਸ ਵਿੱਚ ਜਿਹੜਾ ਹੈ ਆਪਾਂ ਵਿਆਕਰਨ ਦੇ ਨਾਲ ਨਾਲ ਸਾਹਿਤ ਦੇ ਵੀ ਕੁਐਸਚਨ ਕਰਨੇ ਹਨ ਤੇ ਇਸ ਤੋਂ ਇਲਾਵਾ ਜਿਹੜਾ ਇਹ ਵਾਲਾ ਸੈਸ਼ਨ ਹੈ ਆਂਗਣਵਾੜੀ ਸੁਪਰਵਾਈਜ਼ਰਾਂ ਤੇ ਪੰਜਾਬ ਪੁਲਿਸ ਦੀ ਜੋ ਵੈਕੈਂਸੀਜ਼ ਨਿਕਲੀਆਂ ਹੋਈਆਂ ਹਨ ਉਹਨਾਂ ਲਈ ਵੀ ਹੈਲਪਫੁਲ ਹੈ ਅਤੇ ਇਸ ਤੋਂ ਇਲਾਵਾ ਹੋਰ ਵੀ ਜੋ ਪੰਜਾਬ ਗਵਰਨਮੈਂਟਸ ਐਗਜ਼ਾਮ ਨਿਕਲੇ ਹੋਏ ਹਨ ਉਹਨਾਂ ਲਈ ਵੀ ਪੂਰੇ ਤਰ੍ਹਾਂ ਹੈਲਪਫੁਲ ਰਹਿਣ ਵਾਲਾ ਹੈ ਤਾਂ ਜਿਹੜਾ ਹੈ ਇਸ ਤੋਂ ਇਲਾਵਾ ਜਿਹੜਾ ਹੈ ਆਪਾਂ ਇਸ ਦੇ ਸਾਰੇ ਜਿਹੜੇ ਐਮਸੀਕਿਊਜ਼ ਹਨ ਪੇਪਰ ਦੇ ਪੁਆਇੰਟ ਆਫ 뷰 ਨਾਲ ਬੜੇ ਹੀ ਮਹੱਤਵਪੂਰਨ ਐਮਸੀਕਿਊਜ਼ ਹਨ ਅੱਗੇ ਵਧਣ ਤੋਂ ਪਹਿਲਾਂ ਤੁਹਾਨੂੰ ਇੱਕ ਛੋਟੀ ਜਿਹੀ ਇਨਫੋਰਮੇਸ਼ਨ ਸ਼ੇਅਰ ਕਰਨਾ ਚਾਹਨਾ ਕਿ ਸਾਡੀ ਇਸ ਐਪ ਉੱਪਰ ਪੰਜਾਬ ਪੁਲਿਸ ਦੀ ਜੋ 4358 ਕਨਸਟੇਬਲ ਦੀ ਬਲਟੀ ਨਿਕਲੀ ਹੋਈ ਹੈ ਉਸ ਦੇ ਨਾਲ ਸੰਬ ਲੈਕਚਰ ਬੈਚ ਚੱਲ ਰਿਹਾ ਹੈ ਇਸ ਤੋਂ ਇਲਾਵਾ ਪੰਜਾਬ ਸੁਪਰਵਾਈਜ਼ਰ 112 ਪੋਸਟਾਂ ਲਈ ਜਿਹੜਾ ਬੈਚ ਚੱਲ ਰਿਹਾ ਹੈ ਤੇ ਈਟੀਟੀ 6635 ਵੈਕੈਂਸੀ ਲਈ ਜਿਹੜਾ ਹੈ ਜੋ ਤਿਆਰੀ ਕਰਾਈ ਜਾ ਰਹੀ ਹੈ ਸਾਡੇ ਇਸ ਐਪ ਉੱਪਰ ਕਰਵਾਈ ਜਾ ਰਹੀ ਹੈ ਤੁਸੀਂ ਜਿਹੜੇ ਇਸ ਦੇ ਫ੍ਰੀ ਡੈਮੋਸ ਦੇਖਣ ਲਈ ਟਟ ਬਜ਼ਾਰ ਐਪ ਨੂੰ Google Play Store ਤੋਂ ਇੰਸਟਾਲ ਕਰਕੇ ਇਸ ਦੇ ਡੈਮੋਸ ਚੈੱਕ ਕਰ ਸਕਦੇ ਹੋ ਇਸ ਤੋਂ ਇਲਾਵਾ ਜਿਹੜਾ ਹੈ ਤੁਸੀਂ ਇੱਕ ਇੱਕ ਸਿੰਗਲ ਸਬਜੈਕਟ ਦੀ ਵੀ ਕੋਚਿੰਗ ਲੈ ਸਕਦੇ ਹੋ ਜਿਵੇਂ ਐਸਐਸਟੀ ਸਾਇੰਸ ਅਤੇ ਮੈਥ ਅਤੇ ਤਿੰਨ ਇਕੱਠੇ ਕੋਮਬੋ ਸਬਜੈਕਟ ਦੀ ਵੀ ਕੋਚਿੰਗ ਤੁਸੀਂ ले ਸਕਦੇ ਹੋ ਤੇ ਇਸ ਦੇ ਵੀ ਜਿਹੜੇ ਡੈਮੋਸ ਹਨ ਉਹ ਟੈਟ ਬਜ਼ਾਰ ਐਪ ਉਪਰ ਪਈ ਹਨ ਜੋ ਤੁਸੀਂ Google Play Store ਤੋਂ ਇੰਸਟਾਲ ਕਰਕੇ ਚੈੱਕ ਕਰ ਸਕਦੇ ਹੋ ਹਾਂਜੀ ਅੱਜ ਦਾ ਪਹਿਲਾ ਪ੍ਰਸ਼ਨ ਹੈ ਪੰਜਾਬੀ ਭਾਸ਼ਾ ਦੀ ਜਨਮਦਾਤੀ ਭਾਸ਼ਾ ਕਿਹੜੀ ਹੈ ਹੁਣ ਪੰਜਾਬੀ ਭਾਸ਼ਾ ਦੀ ਜਨਮਦਾਤੀ ਯਾਨੀ ਕਿ ਜਿੱਥੋਂ ਪੰਜਾਬੀ ਭਾਸ਼ਾ ਦਾ ਜਨਮ ਹੋਇਆ ਚਾਰ ਆਪਸ਼ਨ ਹਨ ਆਪਣੇ ਕੋਲ ਰੋਮਨ ਹਿੰਦੀ ਵੈਦਿਕ ਸੰਸਕ੍ਰਿਤੀ ਅਤੇ ਫਾਰਸੀ ਤਾਂ ਦੱਸਣਾ ਜੀ ਕਿਸ ਵਿੱਚੋਂ ਜਿਹੜੀ ਹੈ ਪੰਜਾਬੀ ਭਾਸ਼ਾ ਨੇ ਜਨਮ ਲਿਆ ਸੀਗਾ ਤਾਂ ਜੋ ਰਾਈਟ ਆਨਸਰ ਬਣੇਗਾ ਆਪਣਾ ਉਹ ਬਣੇਗਾ ਜੀ অপਸ਼ਨ ਨੰਬਰ ਸੀ ਵੈਦਿਕ ਸੰਸਕ੍ਰਿਤ ਭਾਸ਼ਾ ਵਿੱਚ ਜਿਹੜਾ ਹੈ ਇਸ ਭਾਸ਼ਾ ਨੇ ਜਨਮ ਲਿਆ ਹੈ ਤਾਂ ਤੀਜੀ অপਸ਼ਨ ਜਿਹੜਾ ਹੈ ਇਸ ਪ੍ਰਸ਼ਨ ਦਾ ਸਹੀ ਆਨਸਰ ਹੈ ਅੱਗੇ ਜੀ ਵਾਵਾ ਦੀ ਥਾਂ ਤੇ ਬੱਬੇ ਦੀ ਵਰਤੋਂ ਕਿਸ ਇਲਾਕੇ ਦੀ ਖਾਸ ਪਛਾਣ ਹੈ ਵਾਵਾ ਤੁੰਨੀ ਜਿਹੜੀ ਹੈ ਉਸ ਦੀ ਜਗ੍ਹਾ ਤੇ ਬੱਬਾ ਤੁੰਨੀ ਵਰਤੀ ਜਾਂਦੀ ਹੈ ਮਲਵਈ ਉਪਭਾਸ਼ਾ ਵਿੱਚ ਮਾਜੀ ਉਪਭਾਸ਼ਾ ਵਿੱਚ ਦੁਆਬੀ ਉਪਭਾਸ਼ਾ ਵਿੱਚ ਜਾਂ ਡੋਗਰੀ ਉਪਭਾਸ਼ਾ ਵਿੱਚ ਤਾਂ ਜੋ ਰਾਈਟ ਆਨਸਰ ਆਏਗਾ ਆਪਣੇ ਇਸ ਪ੍ਰਸ਼ਨ ਦਾ ਉਹ ਆਏਗਾ ਦੁਆਬੀ ਉਪਭਾਸ਼ਾ ਵਿੱਚ ਜਿਵੇਂ ਆਪਾਂ ਪੰਜਾਬੀ ਵਿੱਚ ਵਰਤਨਾ ਸ਼ਬਦ ਲਿਖਨੇ ਆ ਤਾਂ ਦੁਆਬੀ ਵਿੱਚ ਉਸ ਨੂੰ ਵਰਤਨਾ ਸ਼ਬਦ ਵੀ ਕਹਿ ਦਿੰਦੇ ਹਨ ਵਰਤੋਂ ਨੂੰ ਵਰਤੋ ਠੀਕ ਹੈ ਜੀ ਤਾਂ ਇਸ ਤਰ੍ਹਾਂ ਇਹ ਦੁਆਬੀ ਵਿੱਚ ਵਾਵਾ ਧੁੰਨੀ ਦੀ ਥਾਂ ਤੇ ਬੱਬੇ ਧੁੰਨੀ ਦਾ ਜ਼ਿਆਦਾ ਪ੍ਰਯੋਗ ਕੀਤਾ ਜਾਂਦਾ ਹੈ ਜਿਸ ਤੋਂ ਆਪਾਂ ਨੂੰ ਇਹ ਪਹਿਚਾਣ ਹੋ ਜਾਂਦੀ ਹੈ ਇਹ ਇਹ ਇਲਾਕਾ ਜਿਹੜਾ ਹੈ ਦੁਆਬੇ ਦੇ ਇਲਾਕੇ ਦੀ ਬੋਲੀ ਹੈ ਅੱਗੇ ਆ ਜੀ ਪੰਜਾਬੀ ਭਾਸ਼ਾ ਦਾ ਆਰੰਭ ਕਦੋਂ ਹੋਇਆ ਹੁਣ ਆਪਾਂ ਨੇ ਦੱਸਣਾ ਹੈ ਕਿਹੜੀ ਸਦੀ ਵਿੱਚ ਆਰੰਭ ਹੋਇਆ 8ਵੀਂ 9ਵੀਂ ਸਦੀ ਵਿੱਚ 9ਵੀਂ ਤੇ 10ਵੀਂ ਸਦੀ ਵਿੱਚ 11ਵੀਂ ਅਤੇ 12ਵੀਂ ਸਦੀ ਵਿੱਚ 11ਵੀਂ ਅਤੇ 10ਵੀਂ ਤੇ 12ਵੀਂ ਸਦੀ ਅਤੇ 11ਵੀਂ ਅਤੇ 12ਵੀਂ ਸਦੀ ਵਿੱਚ ਤਾਂ ਜੋ ਰਾਈਟ ਆਨਸਰ ਬਣੇਗਾ ਆਪਣਾ ਉਹ ਬਣੇਗਾ ਆਪਸ਼ਨ ਨੰਬਰ B ਕਦੋਂ ਜਦੋਂ ਨਾਥਾ ਜੋਗੀਆਂ ਦਾ ਸੈਤ ਸ਼ੁਰੂ ਹੁੰਦਾ ਤਾਂ ਨਾਥਾ ਜੋਗੀਆਂ ਨੇ ਸਭ ਤੋਂ ਪਹਿਲਾਂ ਪੰਜਾਬੀ ਭਾਸ਼ਾ ਵਿੱਚ ਲਿਖਣਾ ਸ਼ੁਰੂ ਕੀਤਾ ਸੀ ਤਾਂ 9ਵੀਂ 10ਵੀਂ ਇਸ ਦਾ ਰਾਈਟ ਆਨਸਰ ਹੋਏਗਾ ਅੱਗੇ ਹੈ ਜੀ ਹਸਰਵ ਲਗਾ ਕਿੰਨੀਆਂ ਹਨ 2 5 3 ਜਾਂ 4 ਆਪਾਂ ਨੇ ਦੱਸਣਾ ਕਿ ਹਸਰਵ ਲਗਾ ਕਿੰਨੀਆਂ ਹਨ ਤਾਂ ਸਹੀ ਉੱਤਰ ਦੀ ਚੋਣ ਹੈ ਤਿੰਨ ਹਸਰਵ ਲਗਾ ਹਨ ਹੁਣ ਤੁਸੀਂ ਮੈਨੂੰ ਇਸ ਦੇ ਕਮੈਂਟ ਬਾਕਸ ਵਿੱਚ ਦੱਸੋਗੇ ਕਿ ਤਿੰਨ ਹਸਰਵ ਲਗਾ ਹੁੰਦੀਆਂ ਕਿਹੜੀਆਂ-ਕਿਹੜੀਆਂ ਆ ਠੀਕ ਹੈ ਜੀ ਇਸ ਦਾ ਆਨਸਰ ਜਿਹੜਾ ਹੈ ਤੁਸੀਂ ਮੈਨੂੰ ਕਮੈਂਟ ਬਾਕਸ ਵਿੱਚ ਦਿਓਗੇ ਨੈਕਸਟ ਹੈ ਜੀ ਕਮਾਉਣਾ ਸ਼ਬਦ ਕੀ ਹੈ ਕਿਰਿਆ ਹੈ ਵਿਸ਼ੇਸ਼ਣ ਹੈ ਸੰਬੰਧਕ ਹੈ ਜਾਂ ਯੋਜਕ ਹੈ ਦੇਖੋ ਮੈਂ ਇੱਕ ਵਾਕ ਲਿਖਦਾ ਹਾਂ ਇੱਥੇ ਉਸ ਦਾ ਕੰਮ ਪੈਸਾ ਕਮਾਉਣਾ ਹੈ ਜਾਂ ਸਿੱਧਾ ਇੱਕ ਸਾਬਰ ਬਣਦਾ ਉਸ ਦਾ ਕੰਮ ਇੱਜ਼ਤ ਕਮਾਉਣਾ ਹੈ ਤਾਂ ਦੋਵਾਂ ਵਾਕਾਂ ਵਿੱਚ ਕਮਾਉਣਾ ਸ਼ਬਦ ਵਰਤਿਆ ਗਿਆ ਹੈ ਠੀਕ ਹੈ ਤਾਂ ਆਪਾਂ ਨੂੰ ਦੱਸਣਾ ਹੈ ਕਿ ਇਹ ਤਾਂ ਇਹ ਹੈ ਕਿ ਕਿਰਿਆ ਯਾਨੀ ਕਿ ਕਮਾਉਣਾ ਕੀ ਹੈ ਇੱਕ ਕਿਰਿਆ ਕੋਈ ਕੰਮ ਕਰ ਰਿਹਾ ਹੈ ਕੋਈ ਚੀਜ਼ ਕਮਾ ਰਿਹਾ ਹੈ ਠੀਕ ਹੈ ਤਾਂ ਉਸ ਦਾ ਅਨਸਰ ਆਏਗਾ ਕਿਰਿਆ ਅੱਗੇ ਹੈ ਜੀ ਕਿਉਂਕਿ ਸ਼ਬਦ ਕਿਰਿਆ ਵਿਸ਼ੇਸ਼ਣ ਦੀ ਬਣ ਗਈ ਹੁਣ ਦੱਸਣਾ ਵੀ ਕਿਉਂਕਿ ਸ਼ਬਦ ਜਿਹੜਾ ਹੈ ਉਹ ਕਿਸ ਕਿਰਿਆ ਵਿਸ਼ੇਸ਼ਣ ਦੀ ਬਣ ਗਈ ਹੈ ਆਪਣੇ ਕੋਲ ਚਾਰ ਆਪਸ਼ਨ ਹਨ ਪਹਿਲੀ ਆਪਸ਼ਨ ਹੈ ਆਪਣੇ ਕੋਲ ਕਾਰਨਵਾਚਕ ਸੈਕਿੰਡ ਆਪਸ਼ਨ ਹੈ ਆਪਣੇ ਕੋਲ ਸਥਾਨਵਾਚਕ ਥਰਡ ਆਪਸ਼ਨ ਹੈ ਪਰਿਮਾਨਵਾਚਕ ਫੋਰਥ ਆਪਸ਼ਨ ਹੈ ਇਨਾਂ ਵਿੱਚੋਂ ਕੋਈ ਨਹੀਂ ਦੇਖੋ ਮੈਂ ਇੱਕ ਵਾਕ ਲਿਖਦਾ ਹਾਂ ਇੱਥੇ ਉਹ ਅੱਜ ਸਕੂਲ ਨਹੀਂ ਆਇਆ ਕਿਉਂਕਿ ਉਹ ਬਿਮਾਰ ਹੈ ਹੁਣ ਦੇਖੋ ਸਕੂਲ ਨਹੀਂ ਆਇਆ ਇਸ ਦਾ ਕਾਰਨ ਕੀ ਹੈ ਬਿਮਾਰ ਹੈ ਤਾਂ ਇਹ ਕੀ ਹੋ ਗਿਆ ਕਾਰਨਵਾਚਕ ਤਾਂ ਇਸ ਦੇ ਲਈ ਜੋ ਰਾਈਟ ਆਨਸਰ ਆਏਗਾ ਆਪਣੇ ਕੋਲ ਕਾਰਨਵਾਚਕ ਕਿਰਿਆ ਵਿਸ਼ੇਸ਼ਣ ਹੁਣ ਵਿਸ਼ੇਸ਼ਣ ਕੀ ਜਾਂਦੇ ਵਿੱਚ ਬਿਮਾਰ ਕਿਉਂਕਿ ਉਹ ਬਿਮਾਰ ਹੈ ਵਿਸ਼ੇਸ਼ਤਾ ਹੈ ਉਸ ਦੀ ਤਾਂ ਠੀਕ ਹੈ ਜੀ ਇਸ ਕਰਕੇ ਜਿਹੜਾ ਹੈ ਇਹ ਕਿਰਿਆ ਵਿਸ਼ੇਸ਼ਣ ਬਣ ਗਿਆ ਹੈ ਅੱਗੇ ਹੈ ਜੀ ਨੀ ਕੁੜੀਏ ਵਿਸਮਿਕ ਵਰਤਿਆ ਜਾਂਦਾ ਹੈ ਇਹਦੇ ਵਿੱਚ ਕਿਹੜਾ ਵਿਸਮਿਕ ਵਰਤਿਆ ਜਾਂਦਾ ਹੈ ਸੰਬੋਧਨ ਲਈ ਹੈਰਾਨੀ ਲਈ ਆਦਰ ਲਈ ਜਾਂ ਅਸੀਸ ਲਈ ਹੁਣ ਇੱਕ ਵਾਕ ਲਿਖਦੇ ਆਪਾਂ ਨੀ ਕੁੜੀ ਤੂੰ ਘਰ ਜਾ ਕੇ ਪੜ੍ਹਾਈ ਕਰ ਘਰ ਜਾ ਕੇ ਪੜ੍ਹਾਈ ਕਰ ਤਾਂ ਇੱਕ ਕੀ ਹੋ ਗਿਆ ਕਿਸੇ ਕੁੜੀ ਨੂੰ ਸੰਬੋਧਨ ਕੀਤਾ ਜਾ ਰਿਹਾ ਕਿ ਤੂੰ ਘਰੇ ਜਾ ਕੇ ਜਿਹੜਾ ਆਪਣਾ ਪੜ੍ਹਾਈ ਦਾ ਕੰਮ ਕਰ ਤਾਂ ਜੋ ਏ ਆਪਸ਼ਨ ਆਏਗਾ ਇਸ ਪ੍ਰਸ਼ਨ ਦਾ ਰਾਈਟ ਆਨਸਰ ਆਏਗਾ ਯਾਨੀ ਕਿ ਸੰਬੋਧਨ ਕੀਤਾ ਗਿਆ ਹੈ ਅੱਗੇ ਆ ਜੀ ਬਜ਼ੁਰਗ ਨੇ ਅਸੀਸ ਦਿੰਦਿਆਂ ਕਿਹਾ ਕਿ ਜੁਗ ਜੁਗ ਜਿਓ ਇਸ ਵਿੱਚ ਅਦੀਨ ਨਾਮ ਉਪਵਾਕ ਕਿਹੜਾ ਹੈ ਹੁਣ ਦੱਸਣਾ ਕਿ ਇਹਦੇ ਵਿੱਚ ਅਦੀਨ ਜਿਹੜਾ ਹੈ ਕਿਹੜਾ ਵਾਕ ਹੈ ਉਪਵਾਕ ਕਿਹੜਾ ਹੈ ਚਾਰ ਆਪਸ਼ਨ ਹਨ ਪਹਿਲੀ ਆਪਸ਼ਨ ਹੈ ਕਿਹਾ ਕਿ ਜੁਗ ਜੁਗ ਜਿਓ ਯਾਨੀ ਕਿ ਇੱਥੋਂ ਲੈ ਕੇ ਇਹਨਾਂ ਵਾਕ ਠੀਕ ਹੈ ਜੀ ਸੈਕਿੰਡ ਆਪਸ਼ਨ ਹੈ ਬਜ਼ੁਰਗ ਨੇ ਅਸੀਸ ਦਿੰਦਿਆਂ ਕਿਹਾ ਅਸੀਸ ਦਿੰਦਿਆਂ ਥਰਡ ਆਪਸ਼ਨ ਹੈ ਕਿ ਜੁਗ ਜੁਗ ਜਿਓ ਤੇ ਫੋਰਥ ਆਪਸ਼ਨ ਹੈ ਜੁਗ ਜੁਗ ਜਿਓ ਤਾਂ ਰਾਈਟ ਆਨਸਰ ਦੱਸਣਾ ਕਿ ਇਹਦੇ ਵਿੱਚ ਉਪਵਾਕ ਕਿਹੜਾ ਹੈ ਅਧੀਨ ਉਪਵਾਕ ਤਾਂ ਰਾਈਟ ਆਨਸਰ ਆਏਗਾ ਜੁਗ-ਜੁਗ ਜੀਓ ਤਾਂ ਡੀ ਆਪਸ਼ਨ ਜੋ ਹੋਏਗਾ ਆਪਣੇ ਇਸ ਪ੍ਰਸ਼ਨ ਦਾ ਸਹੀ ਆਨਸਰ ਹੋਏਗਾ ਅੱਗੇ ਜੀ ਆਪਣੇ ਆਪ ਕਿਸ ਕਿਸਮ ਦਾ ਪੜਨਾਵ ਹੈ ਨਿਜਵਾਚਕ ਪੁਰਖਵਾਚਕ ਸੰਬੰਧਵਾਚਕ ਪ੍ਰਸ਼ਨਵਾਚਕ ਹੁਣ ਦੇਖੋ ਮੈਂ ਇੱਕ ਵਾਕ ਲਿਖਦਾ ਹਾਂ ਆਪਣੇ ਆਪ ਖੇਡੋ ਜਾਂ ਆਪਣੇ ਆਪ ਪੜੋ ਠੀਕ ਹੈ ਜੀ ਮਤਲਬ ਉਹਦੇ ਵਿੱਚ ਕੀ ਕਿਹਾ ਗਿਆ ਆਪਣੇ ਆਪ ਯਾਨੀ ਕਿ ਨਿਜਤਾ ਦੀ ਗੱਲ ਕੀਤੀ ਗਈ ਹੈ ਤਾਂ ਜੋ ਰਾਈਟ ਆਨਸਰ ਬਣੇਗਾ ਇਹ ਕਿਹੜਾ ਬਣੇਗਾ ਨਿਜਵਾਚਕ ਪੜਨਾਵ ਦੀ ਕਿਸਮ ਹੈ ਜੇ ਪੜਨਾਵ ਦੀ ਗੱਲ ਕਰੀਏ ਆਪਾਂ ਤਾਂ ਪੜਨਾਵ ਜਿਹੜੇ ਹੁੰਦੇ ਹਨ 6 ਪ੍ਰਕਾਰ ਦੇ ਹੁੰਦੇ ਹਨ ਨਾਉ ਪੰਜ ਪ੍ਰਕਾਰ ਦੇ ਪੜਨਾਵ 6 ਪ੍ਰਕਾਰ ਦੇ ਤਾਂ ਉਹਨਾਂ ਵਿੱਚੋਂ ਇੱਕ ਕਿਸਮ ਹੈ ਨਿਜਵਾਚਕ ਜਿਸ ਵਿੱਚ ਆਪਣੀ ਗੱਲ ਕੀਤੀ ਗਈ ਹੈ ਨਿਜਤਾ ਦੀ ਗੱਲ ਕੀਤੀ ਗਈ ਹੈ ਅੱਗੇ ਆ ਜੀ ਡੰਡੀ ਵਿਸ਼ਰਾਮ ਚਿੰਨ ਦੀ ਵਰਤੋਂ ਕਿਸ ਲਈ ਹੁੰਦੀ ਹੈ ਹੁਣ ਜਿਹੜੀ ਆਪਾਂ ਕੋਈ ਵੀ ਵਾਕ ਲਿਖਦੇ ਹਾਂ ਉਸਦੇ ਪਿੱਛੇ ਡੰਡੀ ਲਗਾਉਂਦੇ ਹਾਂ ਠੀਕ ਹੈ ਜੀ ਤਾਂ ਉਸ ਦੀ ਵਰਤੋਂ ਕਿਸ ਲਈ ਹੁੰਦੀ ਹੈ ਪੂਰਨ ਠਹਿਰਾਓ ਅਤੇ ਪੁੱਛਗਿਛ ਲਈ ਪੂਰਨ ਠਹਿਰਾਓ ਲਈ ਵਾਕ ਨੂੰ ਅੱਗੇ ਤੋਰਨ ਲਈ ਉਪਰੋਕਤ ਕੋਈ ਨਹੀਂ ਹੁਣ ਦੇਖੋ ਪੂਰਨ ਠਹਿਰਾਓ ਤਾਂ ਸਹੀ ਆਏਗਾ ਆਏਗਾ ਪੁੱਛਗਿਛ ਕਰਾਂਗੇ ਤਾਂ ਪੁੱਛਗਿਛ ਕਰਨ ਲਈ ਆਪਾਂ ਕਿਹਦਾ ਨਿਸ਼ਾਨ ਵਰਤਦੇ ਹਾਂ ਕੁਐਸਚਨ ਮਾਰਕ ਦਾ ਕਰਛੀ ਦਾ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਤੇ ਵਾਕ ਨੂੰ ਅੱਗੇ ਤੋਰਨ ਲਈ ਜਿਹੜਾ ਆਪਾਂ ਕੋਮੇ ਦਾ ਇਸਤੇਮਾਲ ਕਰਦੇ ਹਾਂ ਵਾਕ ਦੇ ਵਿੱਚ ਤੋੜ ਕੇ ਉਸ ਨੂੰ ਅੱਗੇ ਹੋ ਤਾਂ ਜੋ ਡੰਡੀ ਦਾ ਕੰਲਾ ਇਸਤੇਮਾਲ ਹੁੰਦਾ ਹੈ ਉਹ ਪੂਰਨ ਠਹਿਰਾਵ ਲਈ ਹੁੰਦਾ ਹੈ ਜਿਵੇਂ ਮੈਂ ਕਰ ਚਲਾ ਗਿਆ ਤਾਂ ਵਾਕ ਖਤਮ ਹੋ ਗਿਆ ਡੰਡੀ ਲੱਗੀ ਮਤਲਬ ਪੂਰਨ ਠਹਿਰਾਵ ਆ ਗਿਆ ਹੈ ਅੱਗੇ ਆ ਜੀ ਹੇਟ ਲਿਖਿਆਂ ਵਿੱਚੋਂ ਤਤਸਮ ਸ਼ਬਦ ਕਿਹੜਾ ਹੈ ਹੁਣ ਤਤਸਮ ਮਤਲਬ ਜਿਹੜੇ ਸ਼ਬਦ ਕਿਸੇ ਦੂਜੀ ਭਾਸ਼ਾ ਵਿੱਚੋਂ ਸੇਮ ਇਸੇ ਚੱਕਲੇ ਜਾਣ ਉਹਨਾਂ ਵਿੱਚ ਕੋਈ ਪਰਵਰਤਨ ਨਾ ਲਿਆਂਦਾ ਜਾਏ ਉਸ ਨੂੰ तत्सम शब्द ਕਿਹਾ ਜਾਂਦਾ ਹੈ ਤਾਂ ਆਪਣੇ ਕੋਲ ਚਾਰ ਆਪਸ਼ਨ ਹਨ ਸਲਾਦ ਪੁੱਤਰ ਸਾਈਕਲ ਅਲਮਾਰੀ ਤਾਂ ਜੋ ਰਾਈਟ ਆਨਸਰ ਆਏਗਾ ਸਾਈਕਲ ਆਏਗਾ ਸਾਈਕਲ ਨੂੰ ਜਿਹੜਾ ਹੈ ਸੇਮ ਐਜ਼ ਇਟ ਇੰਗਲਿਸ਼ ਵਿੱਚ ਵੀ ਆਪਾਂ ਸਾਈਕਲ ਬੋਲਦੇ ਆ ਤਾਂ ਪੰਜਾਬੀ ਵਿੱਚ ਵੀ ਇਸ ਨੂੰ ਸਾਈਕਲ ਬੋਲਿਆ ਜਾਂਦਾ ਹੈ ਤਾਂ ਜੋ ਸੀ ਆਪਸ਼ਨ ਹੋਏਗਾ ਇਸ ਪ੍ਰਸ਼ਨ ਦਾ ਸਹੀ ਆਨਸਰ ਹੋਏਗਾ ਅੱਗੇ ਜੀ ਜਦ ਕੋਈ ਮੂਰਖ ਕਿਸੇ ਦੀ ਲੋੜ ਤੋਂ ਵੱਧ ਵਰਤੋਂ ਕਰੇ ਤਾਂ ਕਿਹੜਾ ਆਖਾਣ ਮਤੇ ਜਾਂਦਾ ਯਾਨੀ ਕਿ ਜਦੋਂ ਕੋਈ ਚੀਜ਼ ਹੋਵੇ ਉਸ ਨੂੰ ਜ਼ਰੂਰਤ ਤੋਂ ਜ਼ਿਆਦਾ ਬਲਤ ਲੈਣਾ ਠੀਕ ਹੈ ਜੀ ਹੱਥਾਂ ਨਾਲ ਦਿੱਤੀਆਂ ਦੰਦਾ ਨਾਲ ਖੋਲਣੀਆਂ ਪੈਂਦੀਆਂ ਹਨ ਯਾਨੀ ਕਿ ਜਦੋਂ ਆਪਾਂ ਕੋਈ ਗਲਤ ਕੰਮ ਕਰਾਂਗੇ ਉਸਦੇ ਗਲਤ ਨਤੀਜੇ ਭੁਗਤਨੇ ਪੈਂਦੇ ਹਨ ਉਛੇ ਜੱਟ ਕਟੋਰਾ ਲੰਬਾ ਪਾਣੀ ਪੀ ਪੀ ਆਫ ਰਿਆ ਯਾਨੀ ਕਿ ਇੱਕ ਗਲਤ ਆਦਮੀ ਨੇ ਕੋਈ ਅਜਿਹੀ ਚੀਜ਼ ਰੱਬ ਕੀ ਜਿਸ ਨਾਲ ਜਿਹੜਾ ਉਸਨੇ ਉਸਦੀ ਜ਼ਿਆਦਾ ਵਰਤੋਂ ਕਰ ਲਈ ਹਾਥੀ ਲੰਘਿਆ ਪੂਛ ੜ ਗਈ ਮਤਲਬ ਜਦੋਂ ਕੋਈ ਜ਼ਿਆਦਾ ਵੱਡਾ ਕੰਮ ਹੋ ਗਿਆ ਬਸ ਥੋੜਾ ਜਿਹਾ ਰਹਿ ਗਿਆ ਹੋਵੇ ਹੱਥਾਂ ਬਾਜ ਕਰਾਰਿਆਂ ਵੈਰੀ ਮਿਤ ਨਾ ਹੋਣ ਤਾਂ ਆਪਾਂ ਨੇ ਦੱਸਣਾ ਜਦੋਂ ਕਿਸੇ ਚੀਜ਼ ਦੀ ਲੋੜ ਤੋਂ ਵੱਧ ਵਰਤੋਂ ਹੋਵੇ ਤਾਂ ਰਾਈਟ ਆਨਸਰ ਜੋ ਬਣੇਗਾ ਆਪਣਾ ਉਹ ਬਣੇਗਾ ਆਪਸ਼ਨ ਨੰਬਰ ਬੀ ਉਛੇ ਜੱਟ ਕਟੋਰਾ ਲੱਭਾ ਪਾਣੀ ਪੀ ਪਾਫ ਰਿਆ ਨੈਕਸਟ ਹੈ ਜੀ ਪ੍ਰਸ਼ਨ ਨੰਬਰ 13 ਬੱਚਾ ਪੜ ਰਿਆ ਸੀ ਇਹ ਵਾਕ ਕਿਸ ਕਾਲ ਦਾ ਗਿਆਨ ਕਰਵਾ ਰਿਹਾ ਹੈ ਹੁਣ ਦੱਸਣਾ ਵੀ ਕਿਹੜੇ ਕਾਲ ਦਾ ਵਾਕ ਹੈ ਵਰਤਮਾਨ ਕਾਲ ਭੂਤਕਾਲ ਭਵਿੱਖਤ ਕਾਲ ਜਾਂ ਅੰਤ ਕਾਲ ਤਦਸਨਾ ਜੀ ਰਿਆ ਸੀ ਸੀ ਸ਼ਬਦ ਆ ਗਿਆ ਤਾਂ ਭੂਤਕਾਲ ਦੀ ਗੱਲ ਹੋ ਰਹੀ ਹੈ ਤਾਂ ਇਸ ਦਾ ਮਤਲਬ ਬੱਚਾ ਜਿਹੜਾ ਹੈ ਪਿੱਛੇ ਵਾਲਾ ਜੋ ਸਮਾਂ ਬੀਤ ਚੁੱਕਿਆ ਉਸ ਵਿੱਚ ਕੀ ਕਰ ਰਿਹਾ ਸੀਗਾ ਪੜਾਈ ਕਰ ਰਿਹਾ ਸੀਗਾ ਠੀਕ ਹੈ ਜੀ ਅੱਗੇ ਆ ਜੀ ਪ੍ਰਸ਼ਨ ਨੰਬਰ 14 ਜਿਹੜੇ ਸ਼ਬਦ ਤ올ੀਆਂ ਜਾਂ ਜਾਣ ਵਾਲੀਆਂ ਜਾਂ ਮਿਣੀਆਂ ਜਾਣ ਵਾਲੀਆਂ ਚੀਜ਼ਾਂ ਲਈ ਵਰਤੇ ਜਾਂ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ ਇਕਾਠਵਾਚਕ ਨਾਉ ਭਾਉਵਾਚਕ ਨਾਉ ਵਸਤੂਵਾਚਕ ਨਾਉ ਜਾਂ ਖਾਸਵਾਚਕ ਨਾਉ ਹੁਣ ਜਿਹੜੀਆਂ ਚੀਜ਼ਾਂ ਜਿਹਨੂੰ ਆਪਾਂ ਤੋਲ ਸਕਦੇ ਹਾਂ ਉਹਨਾਂ ਨੂੰ ਮਿਣਤੀ ਕਰ ਸਕਦੇ ਹਾਂ ਠੀਕ ਹੈ ਜੀ ਉਹਨਾਂ ਲਈ ਕਿਹੜੇ ਸ਼ਬਦ ਵਰਤਦੇ ਆ ਉਸ ਨੂੰ ਕਿਹੜਾ ਨਾਮ ਕਿਹਾ ਜਾਂਦਾ ਉਸ ਨੂੰ ਵਸਤੂਵਾਚਕ ਨਾਮ ਕਿਹਾ ਜਾਂਦਾ ਹੈ ਤੇ ਜੇ ਨਾਮ ਦੀ ਗੱਲ ਕਰੀਏ ਤਾਂ ਨਾਮ ਜਿਹੜਾ ਹੈ ਪੰਜ ਪ੍ਰਕਾਰ ਦੇ ਹੁੰਦੇ ਹਨ ਤਾਂ ਉਹਨਾਂ ਵਿੱਚ ਵਸਤੂਵਾਚਕ ਨਾਮ ਜਿਹੜਾ ਹੈ ਉਸ ਨੂੰ ਕਿਹਾ ਜਾਂਦਾ ਹੈ ਅੱਗੇ ਜੀ ਵਿਆਕਰਨ ਦੇ ਕਿੰਨੇ ਬਾਗ ਹਨ ਇਹ ਬਹੁਤ ਹੀ ਮਹੱਤਵਪੂਰਨ ਪ੍ਰਸ਼ਨ ਹੈ 4 2 5 3 ਤਾਂ ਦੇਖੋ ਵਿਆਕਰਨ ਦੇ 4 ਬਾਗ ਹੁੰਦੇ ਹਨ ਕਿਹੜੇ-ਕਿਹੜੇ ਸਭ ਤੋਂ ਪਹਿਲਾਂ ਤੁਨੀ ਬੋਧ ਫਿਰ ਉਸ ਤੋਂ ਬਾਅਦ ਸ਼ਬਦ ਬੋਧ ਫਿਰ ਵਾਕ ਬੋਧ ਤੇ ਲਾਸਟ ਜਾਂਦਾ ਹੈ ਅਰਥ ਬੋਧ ਇਹ ਚਾਰ ਕਿਸਮਾਂ ਜਿਹੜੀਆਂ ਹੁੰਦੀਆਂ ਨੇ ਵਿਆਕਰਨ ਦੇ ਚਾਰ ਭਾਗ ਹੁੰਦੇ ਹਨ ਅੱਗੇ ਆ ਜੀ 100 ਚਾਚਾ ਤੇ ਇੱਕ ਪਿਓ 100 दारू ਤੇ ਇੱਕ ਗਿਓ ਕਿਹੜਾ ਕਾਵ ਰੂਪ ਹੈ ਯਾਨੀ ਕਿ ਇਹ ਕਿਸ ਚੀਜ਼ ਦੀ ਗੱਲ ਕੀਤੀ ਗਈ ਹੈ ਮੁਹਾਵਰਾ ਹੈ ਅਖਾਣ ਹੈ ਮੁਜਾਰਤ ਹੈ ਜਾਂ ਟੱਪਾ ਹੈ ਪਲਾਂ ਦਾ ਮਤਲਬ ਸਮਝਾ ਵੀ ਸੋ ਚਾਚਾ ਤੇ ਇੱਕ ਪਿਓ ਕਹਿੰਦਾ ਭਾਵੇਂ ਸੋ ਲੱਖ ਚਾਚੇ ਹੋਣ ਪਰੰਤੂ ਪਿਓ ਤਾਂ ਪਿਓ ਹੀ ਹੁੰਦਾ ਹੈ ਤੇ ਕਹਿੰਦਾ ਸੋ ਦਵਾਈਆਂ ਹੋਣ ਸੋ ਦਾਰੂਆਂ ਹੋਣ ਤੇ ਜਿਹੜਾ ਕਿਉਂ ਹੁੰਦਾ ਹੈ ਉਹ ਆਪਣਾ ਆਪਣੀ ਤਾਕਤ ਅਲੱਗ ਹੀ ਬਖੰਦਾ ਹੈ ਤਾਂ ਇਹ ਕਿਸ ਲਈ ਬੋਲਿਆ ਜਾਂਦਾ ਹੈ ਇਹ ਇੱਕ ਅਖਾਣ ਲਈ ਵਰਤਿਆ ਜਾਂਦਾ ਹੈ ਤਾਂ B ਆਪਸ਼ਨ ਜੋ ਹੋਏਗਾ ਇਸ ਪ੍ਰਸ਼ਨ ਦਾ ਸਹੀ ਆਨਸਰ ਹੋਏਗਾ ਅੱਗੇ ਆ ਜੀ ਪ੍ਰਸ਼ਨ ਨੰਬਰ 17 ਅਕਾਲ ਤਖਤ ਸਾਹਿਬ ਦੀ ਸਿਰਜਣਾ ਕਿਸ ਗੁਰੂ ਵਿਅਕਤੀ ਨੇ ਕੀਤੀ ਕਿਹੜੇ ਗੁਰੂ ਸਾਹਿਬਾਨ ਵਿਅਕਤੀ ਨੇ ਕੀਤੀ ਸੀ ਚਾਰ ਆਪਸ਼ਨ ਆ ਜੀ ਹਨ ਆਪਣੇ ਕੋਲ ਗੁਰੂ ਰਾਮਦਾਸ ਜੀ ਗੁਰੂ ਅਰਜਨ ਦੇਵ ਜੀ ਗੁਰੂ ਹਰगोबिंद ਜੀ ਗੁਰੂ ਤੇਗ ਬਹਾਦਰ ਜੀ ਤਾਂ ਜਿਹੜੀ ਇਹਦੀ ਸਥਾਪਨਾ ਕੀਤੀ ਸੀ ਅਕਾਲ ਤਖਤ ਸਾਹਿਬ ਦੀ ਉਸ ਦੀ ਸਥਾਪਨਾ ਜਿਹੜੀ ਹੈ ਗੁਰੂ ਹਰगोबिंद ਜੀ ਨੇ ਕੀਤੀ ਸੀ ਜੋ ਕਿ ਸਿੱਖਾਂ ਦੇ 6ਵੇਂ ਗੁਰੂ ਸਨ ਠੀਕ ਹੈ ਜੀ 6ਵੇਂ ਗੁਰੂ ਸਾਹਿਬਾਨ ਸਨ ਤੇ ਤੁਸੀਂ ਮੈਨੂੰ ਕਮੈਂਟ ਬਾਕਸ ਵਿੱਚ ਇਹ ਦੱਸਣਾ ਕਿ ਇਸ ਦੀ ਸਥਾਪਨਾ ਕਿਹੜੇ ਸਨ ਵਿੱਚ ਕੀਤੀ ਗਈ ਸੀ ਕਿਹੜੇ ਇਅਰ ਵਿੱਚ ਕੀਤੀ ਗਈ ਸੀਗੀ ਅੱਗੇ ਆ ਜੀ ਸ਼ਰੀਅਤ ਦਾ ਕੀ ਅਰਥ ਹੈ ਹੁਣ ਸ਼ਰੀਅਤ ਦਾ ਅਰਥ ਦੱਸਣਾ ਕੀ ਹੁੰਦਾ ਹੈ ਇਸਲਾਮੀ ਕਰਮਕਾਂਡ ਹਕੀਕਤ ਦਾ ਗਿਆਨ ਆਤਮ ਬੁੱਧੀ ਕਿਤਾਬੀ ਗਿਆਨ ਰਾਈਟ ਆਨਸਰ ਦੀ ਤੁਸੀਂ ਸਿਲੈਕਸ਼ਨ ਕਰਨੀ ਹੈ ਦੇਖੋ ਸ਼ਰੀਅਤ ਹੁੰਦਾ ਕੀ ਹੈ ਜਿਹੜਾ ਇਸਲਾਮ ਧਰਮ ਨੂੰ ਮੰਨਣ ਵਾਲੇ ਲੋਕ ਹੁੰਦੇ ਹਨ ਉਹ ਪੰਜ ਵਕਤ ਜਿਹੜਾ ਹੈ ਨਮਾਜ਼ ਦਾ ਕਰਦੇ ਹਨ ਪੰਜ ਵਕਤ ਨਮਾਜ਼ ਪੜ੍ਹਦੇ ਹਨ ਠੀਕ ਹੈ ਇਸ ਤੋਂ ਇਲਾਵਾ ਜਿਹੜਾ ਹੈ ਉਹ ਰੋਜ਼ੇ ਰੱਖਦੇ ਹਨ ਰਮਜ਼ਾਨ ਦੇ ਮਹੀਨੇ ਵਿੱਚ ਹਜ ਯਾਤਰਾ ਕਰਦੇ ਹਨ ਪਵਿੱਤਰ ਯਾਤਰਾ ਕਰਦੇ ਹਨ ਮੱਕੇ ਦੀ ਮਦੀਨੇ ਦੀ ਤੇ ਜ਼ਕਾਤ ਕਰ ਦਾਨ ਦਿੰਦੇ ਹਨ ਜਿਵੇਂ ਆਪਾਂ ਸਿੱਖ ਲੋਕ ਜਿਹੜੇ ਹੁੰਦੇ ਨੇ ਸਿੱਖ ਧਰਮ ਦੇ ਲੋਕ ਦਾ ਸੰਬੰਧ ਕਰਦੇ ਹਨ ਤਾਂ ਇਹ ਜ਼ਕਾਤ ਦਿੰਦੇ ਹਨ ਤੇ ਰੋਜ਼ ਹਸ਼ਰ ਯਾਨੀ ਕਿ ਕਿਆਮਤ ਵਾਲੇ ਦਿਨ ਨੂੰ ਮੰਨਦੇ ਹਨ ਤਾਂ ਇਹ ਜਿਹੜੇ ਪੰਜ ਇਸਲਾਮੀ ਕਾਰਨ ਕਰਮਕਾਂਡ ਹੁੰਦੇ ਨੇ ਇਹਨਾਂ ਨੂੰ ਸ਼ਰੀਅਤ ਕਿਹਾ ਜਾਂਦਾ ਹੈ ਅੱਗੇ ਜੀ ਲੰਗਰ ਦੀ ਪਰਥਾ ਕਿਸ ਗੁਰੂ ਸਾਹਿਬ ਸਾਹਿਬ ਨੇ ਪ੍ਰਚਲਿਤ ਕੀਤੀ ਸੀ ਗੁਰੂ ਨਾਨਕ ਦੇਵ ਜੀ ਗੁਰੂ ਅਮਰਦਾਸ ਜੀ ਗੁਰੂ ਅਲਜਨ ਦੇਵ ਜੀ ਗੁਰੂ ਰਾਮਦਾਸ ਜੀ ਦੇਖੋ ਜੇਕਰ ਆਪਾਂ ਕਹੀਏ ਤਾਂ ਗੁਰੂ ਨਾਨਕ ਦੇਵ ਜੀ ਨੇ ਜਿਹੜਾ ਹੈ ਪਹਿਲਾ ਲੰਗਰ ਦੀ ਪ੍ਰਥਾ ਸ਼ੁਰੂ ਕਿਵੇਂ ਕੀਤੀ ਸੀਗੀ ਮਤਲਬ ਉਹਨਾਂ ਨੇ ਭੁੱਖੇ ਸਾਧੂਆਂ ਨੂੰ ਵੀਰਪੇ ਦਾ ਭੋਜਨ ਚਕਾਇਆ ਸੀ ਪਰੰਤੂ ਉਸ ਤੋਂ ਬਾਅਦ ਜਿਹੜਾ ਹੈ ਗੁਰੂ ਨਾਨਕ ਦੇਵ ਜੀ ਨੇ ਇਸ ਪ੍ਰਥਾ ਨੂੰ ਅੱਗੇ ਨਹੀਂ ਤੋਰਿਆ ਸੀਗਾ ਇਸ ਤੋਂ ਬਾਅਦ ਗੁਰੂ ਅੰਗਦ ਦੇਵ ਜੀ ਆਏ ਸੀਗੇ ਜਿਨ੍ਹਾਂ ਨੇ ਜਿਹੜਾ ਹੈ ਇਸ ਪ੍ਰਥਾ ਨੂੰ ਅੱਗੇ ਤੋਰਿਆ ਸੀਗਾ ਤੇ ਗੁਰੂ ਅਮਰਦਾਸ ਜੀ ਨੇ ਜਿਹੜਾ ਹੈ ਇਸ ਵਿੱਚ ਹੋਰ ਵਿਸਥਾਰ ਕੀਤਾ ਸੀਗਾ ਤਾਂ ਯਾਨੀ ਕਿ ਆਪਣੇ ਕੋਲ ਅੰਗਦ ਦੇਵ ਇਥੇ ਆਪਸ਼ਨ ਨਹੀਂ ਹੈ ਤਾਂ ਜੋ অপশন 번ਦੀ ਆਪਣੇ ਕੋਲ ਅਮਰਦਾਸ ਬਣ ਰਹੀ ਹੈ ਉਹਨਾਂ ਨੇ ਕਿਹਾ ਸੀਗਾ ਪਹਿਲਾਂ ਪੰਗਤ ਤੇ ਫਿਰ ਸੰਗਤ ਯਾਨੀ ਕਿ ਪਹਿਲਾਂ ਪੰਗਤ ਵਿੱਚ ਬੈਠਣਾ ਤੇ ਫਿਰ ਸੰਗਤ ਵਿੱਚ ਬੈਠਣਾ ਹੈ ਪਹਿਲਾਂ ਪੰਗਤ ਵਿੱਚ ਬੈਠ ਕੇ ਲੰਗਰ ਛਕਣਾ ਹੈ ਉਸ ਤੋਂ ਬਾਅਦ ਜਿਹੜਾ ਹੈ ਤੁਸੀਂ ਸੰਗਤ ਵਿੱਚ ਬੈਠਣਾ ਹੈ ਤਾਂ ਵੀ অপਸ਼ਨ ਜੋ ਹੋਏਗਾ ਆਪਣੇ ਇਸ ਕੁਸ਼ਨ ਦਾ ਰਾਈਟ ਆਨਸਰ ਹੋਏਗਾ ਅੱਗੇ ਹੈ ਜੀ ਪ੍ਰਸ਼ਨ ਨੰਬਰ ਵੀ ਗੁਰੂ ਗੋਬਿੰਦ ਸਿੰਘ ਜੀ ਨੇ ਕਿਸ ਸਥਾਨ ਉੱਤੇ ਅੰਮ੍ਰਿਤ ਪਾਣ ਕਰਵਾ ਕੇ ਖਾਲਸਾ ਪੰਥ ਦੀ ਸਿਰਜਣਾ ਕੀਤੀ ਸੀ ਅਕਾਲ ਤਖਤ ਸਾਹਿਬ ਹਜ਼ੂਰ ਸਾਹਿਬ ਕੇਸਗੜ੍ਹ ਸਾਹਿਬ ਜਾਂ ਦਮਦਮਾ ਸਾਹਿਬ ਤਾਂ ਆਪਾਂ ਦੱਸਣਾ ਕਿ ਜਿਹੜਾ ਇਹਨਾਂ ਨੇ ਕੀ ਕੀਤਾ ਸੀਗਾ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ 13 ਅਪ੍ਰੈਲ 191699 ਸੋਰੀ 191699 ਵਿੱਚ ਪੰਜ ਪਿਆਰਿਆਂ ਨੂੰ ਜਿਹੜਾ ਅੰਮ੍ਰਿਤ ਛਕਾਇਆ ਸੀਗਾ ਠੀਕ ਹੈ ਜੀ ਕਿ ਕਿਸ ਜਗ੍ਹਾ ਦਾ ਛਕਾਇਆ ਸੀਗਾ ਤਾਂ ਉਸ ਦਾ ਰਾਈਟ ਆਨਸਰ ਬਣੇਗਾ ਕੇਸ ਗੜ ਸਾਹਿਬ ਯਾਨੀ ਕਿ ਸੀ ਆਪਸ਼ਨ ਜੋ ਹੋਏਗਾ ਇਸ ਪ੍ਰਸ਼ਨ ਦਾ ਸਹੀ ਆਨਸਰ ਹੋਏਗਾ ਅੱਗੇ ਗੱਲ ਕਰਦੇ ਹਾਂ ਜੀ ਤੁਸੀਂ ਜਿਹੜਾ ਸਾਡੇ ਫ੍ਰੀ WhatsApp ਗਰੁੱਪ ਦਾ ਹਿੱਸਾ ਬਣਨਾ ਚਾਹੁੰਦੇ ਹੋ ਤਾਂ ਤੁਸੀਂ ਜਿਹੜਾ ਆਪਣਾ ਨੇਮ ਟਾਈਪ ਕਰੋ ਜਿਸ ਪੇਪਰ ਦੀ ਤਿਆਰੀ ਕਰ ਰਹੇ ਹੋ ਉਸ ਨੂੰ ਟਾਈਪ ਕਰੋ ਕਿਸ ਸ਼ਹਿਰ ਤੋਂ ਹੋ ਆਪਣਾ ਜੈਂਡਰ ਮੇਲ ਜਾਂ ਫੀਮੇਲ ਟਾਈਪ ਕਰੋ ਤੇ ਉਸ ਨੂੰ ਜਿਹੜਾ ਹੈ ਸਾਨੂੰ ਇਸ ਨੰਬਰ ਤੇ ਮੈਸੇਜ ਕਰ ਦਿਓ ਜਿਸ ਨਾਲ ਜਿਹੜਾ ਤੁਹਾਨੂੰ ਸਾਡੇ WhatsApp ਗਰੁੱਪ ਵਿੱਚ ਹਿੱਸਾ ਬਣਾ ਲਿਆ ਜਾਊਗਾ ਤੇ ਜਿਸ ਨਾਲ ਜਿਹੜਾ ਤੁਹਾਨੂੰ ਸਮੇਂ-ਸਮੇਂ ਤੇ ਜੋ ਲੇਟੈਸਟ ਇਨਫੋਰਮੇਸ਼ਨਸ ਹੁੰਦੀਆਂ ਹਨ ਉਹ ਪ੍ਰੋਵਾਈਡ ਕਰਵਾਈਆਂ ਜਾਂਦੀਆਂ ਹਨ ਇਸ ਤੋਂ ਇਲਾਵਾ ਤੁਸੀਂ ਜਿਹੜਾ ਸਾਡਾ ਟੈਲੀਗ੍ਰam ਚੈਨਲ ਵੀ ਜੁਆਇਨ ਕਰ ਸਕਦੇ ਹੋ ਤੁਸੀਂ ਸਾਨੂੰ ਇੰਸਟਾਗ੍ਰam ਉਤੇ ਵੀ ਫੋਲੋ ਕਰ ਸਕਦੇ ਹੋ ਤੇ ਸਾਡਾ ਫੇਸਬੁੱਕ ਪੇਜ ਜਿਹੜਾ ਉਸ ਨੂੰ ਲਾਈਕ ਕਰ ਸਕਦੇ ਹੋ ਇਸ ਤੋਂ ਇਲਾਵਾ ਪੰਜਾਬ ਪੁਲਿਸ ਦਾ ਜਿਹੜਾ ਹੈ ਬੈਚ ਚੱਲ ਰਿਹਾ ਹੈ ਪੰਜਾਬ ਸੁਪਰਵਾਈਜ਼ਰ ਪੋਸਟਾਂ ਦਾ ਵੀ ਬੈਚ ਚੱਲ ਰਿਹਾ ਤੇ ਈਟੀਟੀ 635 ਜਿਹੜੀ ਪੱਤੀ ਚੱਲਦੀ ਹੈ ਉਸ ਦੇ ਨਾਲ ਸੰਬੰਧਿਤ ਵੀ ਜਿਹੜਾ ਇੱਕ ਬੈਚ ਇੱਕ ਚੱਲ ਰਿਹਾ ਹੈ ਇਸ ਤੋਂ ਇਲਾਵਾ ਜਿਹੜਾ ਤੁਹਾਨੂੰ ਡੇਲੀ ਸਾਡੇ ਇਸ YouTube ਚੈਨਲ ਉੱਤੇ ਵੀ ਜਿਹੜਾ ਹੈ ਇੰਗਲਿਸ਼ ਦੇ ਪ੍ਰੈਕਟਿਸ ਸੈਟ ਸੀਰੀਜ਼ ਚਲਾਈ ਜਾ ਰਹੀ ਹੈ ਮੈਥ ਦੇ ਡੇਲੀ 15 ਕੁਐਸਚਨ ਕਰਵਾਏ ਜਾ ਰਹੇ ਹਨ ਜੋ ਇੰਪੋਰਟੈਂਟ ਕੁਐਸਚਨ ਹੁੰਦੇ ਹਨ ਬਾਇਓਲੋਜੀ ਦੀ ਸੀਰੀਜ਼ ਚੱਲ ਰਹੀ ਹੈ ਤੇ ਸਾਇੰਸ ਅਤੇ ਫਿਜ਼ਿਕਸ కెਮਿਸਟਰੀ ਜਿੰਦੇ ਵਿੱਚ ਹੁੰਦਾ ਹੈ ਉਸ ਨੂੰ ਵੀ ਚਲਾਇਆ ਜਾ ਰਿਹਾ ਹੈ ਤੇ ਇਸ ਤੋਂ ਇਲਾਵਾ ਜਿਹੜਾ ਹੈ ਪੰਜਾਬੀ ਦੀ ਸੀਰੀਜ਼ ਵੀ ਜਿਹੜੀ ਆ ਚਾਲੂ ਹੋ ਚੁੱਕੀ ਹੈ ਸ਼ੁਰੂ ਹੋ ਚੁੱਕੀ ਹੈ ਨੈਕਸਟ ਹੈ ਜੀ 21 ਨੰਬਰ ਪ੍ਰਸ਼ਨ ਲੈਲਾ ਮਜਨੂ ASCII ਚਹੁ ਚੁਕੈਤੀ ਜਾਤ ਸੋਰਠ ਬੀਜਾ ਗਾਵਿਆ ਜਸ ਸੁਗੜਾ ਵਾਤੀ ਇਹ ਜਿਹੜੀਆਂ 17 ਹਨ ਕਾਵ ਦੀਆਂ ਕਾਵ ਟੋਕਾਂ ਹਨ ਕਿਸ ਮਹਾਕਵੀ ਦੀਆਂ ਹਨ ਵਾਰਿਸ਼ਾ ਭਾਈ ਗੁਰਦਾਸ ਦਮੋਦਰ ਜਾਂ ਭਾਈ ਵੀਰ ਸਿੰਘ ਜੀ ਦੇਖੋ ਜੀ ਜੋ ਇਸ ਦਾ ਰਾਈਟ ਆਨਸਰ ਆਏਗਾ ਉਹ ਆਏਗਾ ਭਾਈ ਗੁਰਦਾਸ ਜੀ ਕਿਵੇਂ ਭਾਈ ਗੁਰਦਾਸ ਜੀ ਆਵੇਗਾ ਕਿਉਂਕਿ ਭਾਈ ਗੁਰਦਾਸ ਜੀ ਨੇ ਜਿਹੜਾ ਹੈ ਟੋਟਲ 39 ਵਾਰਾਂ ਦੀ ਰਚਨਾ ਕੀਤੀ ਹੈ ਉਹਦੇ ਵਿੱਚ ਜਿਹੜਾ ਹੈ 26ਵੀਂ ਵਾਰ ਵਿੱਚ ਜਿਹੜਾ ਹੈ ਇਸ ਦਾ ਜ਼ਿਕਰ ਆਪਾਂ ਨੂੰ ਮਿਲਦਾ ਜੋ ਕਿ ਲਾਲਾ ਮਨਜੂ ਦੇ ਪ੍ਰੀਤ ਕਿਸੇ ਦੀ ਚਰਚਾ ਕਰਦੇ ਹਨ ਅੱਗੇ ਆ ਜੀ ਇਕਣਾ ਦੇ ਘਰ ਪੁੱਤ ਪੁੱਤਾਂ ਦੇ ਘਰ ਪੋਤਰੇ ਇਕਣਾ ਦੇ ਘਰ ਦੀਆਂ ਧੀਆਂ ਦੇ ਘਰ ਦੋਤਰੇ ਇਕਣਾ ਦੇ ਘਰ ਇੱਕ ਉਹ ਵੀ ਜਾਏ ਮਰ ਕੋਣ ਸਾਹਿਬ ਨੂੰ ਆਖੇ ਇੰਜ ਨਹੀਂ ਇੰਜ ਕਰੋ ਕਹਿੰਦਾ ਵੀ ਇੱਕ ਦੇ ਘਰ ਤਾਂ ਪੁੱਤ ਤਾਂ ਤੇ ਪੁੱਤਰਾਂ ਦੇ ਘਰ ਅੱਗੇ ਪੋਤਰੇ ਹੋ ਚੁੱਕੇ ਹਨ ਤੇ ਇੱਕ ਦੇ ਕਰੇ ਤੀਆਂ ਹੈ ਤੇ ਜੀਆਂ ਦੇ ਕਰੇ ਵੀ ਦੋ ਤਰੇ ਹਨ ਤੇ ਕਹਿੰਦਾ ਕਈਆਂ ਕਰੇ ਤਾਂ ਇੱਕ ਹੀ ਆ ਤੇ ਉਹ ਵੀ ਜਦੋਂ ਮਿਲ ਜਾਂਦਾ ਹੈ ਤਾਂ ਪ੍ਰਮਾਤਮਾ ਨੂੰ ਕੋਣ ਆਖੇ ਰੱਬ ਨੂੰ ਕੋਣ ਆਖੇ ਕਿ ਸਾਹਿਬ ਤੂੰ ਇੰਜ ਨਾ ਇੰਜ ਕਰ ਤਾਂ ਕਿਸ ਕਵੀ ਦੀਆਂ ਹਨ ਸ਼ਾਹ ਹੁਸੈਨ ਗੁਲਾਮ ਫਰੀਦ ਵਜੀਦ ਯਾ ਬੁੱਲੇ ਸ਼ਾਹ ਜੀ ਤਾਂ ਜਦੋਂ ਇਹ ਕੋਣ ਸਾਹਿਬ ਨੂੰ ਆਖੇ ਇੰਜ ਨਹੀਂ ਇੰਜ ਕਰੇ ਸ਼ਬਦਾ ਵਲਤਾ ਕਰਦਾ ਤਾਂ ਇਹ ਵਜੀਦ ਜੀ ਕਰਦੇ ਹਨ ਜੋ ਕਿ ਪੰਜਾਬੀ ਸੂਫੀ ਕਵੀ ਹਨ ਅੱਗੇ ਆ ਜੀ ਗੁਰੂ ਗ੍ਰੰਥ ਸਾਹਿਬ ਦੀ ਕਿਹੜੀ ਬਾਣੀ ਉੱਪਰ ਮਹੱਲਾ ਦਾ ਸੰਕੇਤ ਅੰਕਿਤ ਨਹੀਂ ਕੀਤਾ ਗਿਆ ਹੁਣ ਪਹਿਲਾਂ ਆਪਾਂ ਪਤਾ ਨੂੰ ਚਾਹਦੇ ਕਿ ਮਹੱਲਾ ਹੁੰਦਾ ਕੀ ਹੈ ਜਿੰਨੇ ਵੀ ਆਪਣੇ ਗੁਰੂ ਸਾਹਿਬਾਨ ਹੋਏ ਹਨ 10 ਗੁਰੂ ਉਹਨਾਂ ਦੇ ਨਾਲ ਜਿਹੜਾ ਹੈ ਮਹੱਲਾ ਸੰਕੇਤ ਵਰਤਿਆ ਜਾਂਦਾ ਹੈ ਜਿਵੇਂ ਗੁਰੂ ਨਾਨਕ ਦੇਵ ਜੀ ਲਈ ਜਿਹੜਾ ਹੈ ਮਹੱਲਾ ਪਹਿਲਾ ਗੁਰੂ ਅੰਗਦ ਦੇਵ ਜੀ ਲਈ ਮਹੱਲਾ ਦੂਜਾ ਗੁਰੂ ਅਮਰਦਾਸ ਜੀ ਦੇ ਲਈ ਮਹੱਲਾ ਤੀਜਾ ਗੁਰੂ ਰਾਮਦਾਸ ਜੀ ਦੇ ਲਈ ਮਹੱਲਾ ਚੌਥਾ ਤੇ ਗੁਰੂ ਅਰਜਨ ਦੇਵ ਜੀ ਲਈ ਜਿਹੜਾ ਹੈ ਮੱਲਾ ਪੰਜਵਾਂ ਠੀਕ ਹੈ ਜੀ ਤਾਂ ਮਤਲਬ ਜਦੋਂ ਮਹੱਲਾ ਪਹਿਲਾ ਮੋਲ ਰਿਹਾ ਹੁੰਦਾ ਹੈ ਬਾਈ ਖਾਬ ਗੁਰਦੁਆਰਿਆਂ ਵਿੱਚ ਤਾਂ ਮਤਲਬ ਪਹਿਲੇ ਗੁਰੂ ਸਾਹਿਬ ਦੀ ਬਾਣੀ ਚੱਲ ਰਹੀ ਹੈ ਜੋ ਦੂਜਾ ਬੋਲੇਗਾ ਦੂਜੇ ਗੁਰੂ ਸਾਹਿਬਾਨ ਦੀ ਤੀਜੇ ਬੋਲਣਗੇ ਤੀਜੇ ਗੁਰੂ ਸਾਹਿਬਾਨ ਦੀ ਚੌਥੇ ਬੋਲਣਗੇ ਚੌਥੇ ਗੁਰੂ ਸਾਹਿਬਾਨ ਦੀ ਤੇ ਜਦੋਂ ਪੰਜਵਾਂ ਬੋਲਣਗੇ ਤਾਂ ਪੰਜਵੇਂ ਗੁਰੂ ਸਾਹਿਬਾਨ ਦੀ ਹੁਣ ਆਪਾਂ ਨੂੰ ਪੁੱਛਿਆ ਕਿ ਕਿਹੜੀ ਬਾਣੀ ਉੱਪਰ ਮਹੱਲਾ ਸੰਕੇਤ ਅੰਕਿਤ ਨਹੀਂ ਕੀਤਾ ਗਿਆ ਜਪਜੀ ਸਾਹਿਬ ਆਨੰਦ ਸਾਹਿਬ ਸੁਖਮਣੀ ਸਾਹਿਬ ਤੇ ਆਸਾ ਦੀ ਵਾਰ ਹੁਣ ਦੇਖੋ ਜਪਜੀ ਜਪਜੀ ਸਾਹਿਬ ਜਿਹੜੀ ਆ ਵੀ ਗੁਰੂ ਨਾਨਕ ਦੇਵ ਜੀ ਦੀ ਹੈ ਠੀਕ ਹੈ ਆਨੰਦ ਸਾਹਿਬ ਅਮਰਦਾਸ ਜੀ ਦੀ ਹੈ ਸੁਖਮਣੀ ਸਾਹਿਬ ਗੁਰੂ ਅਰਜਨ ਦੇਵ ਜੀ ਦੀ ਹੈ ਤੇ ਆਸਾ ਦੀ ਵਾਰ ਜਿਹੜੀ ਹੈ ਉਹ ਵੀ ਗੁਰੂ ਨਾਨਕ ਦੇਵ ਜੀ ਦੀ ਹੈ ਤਾਂ ਜੋ ਰਾਈਟ ਆਨਸਰ ਆਏਗਾ ਆਪਣਾ ਉਹ ਆਏਗਾ ਜਪਜੀ ਸਾਹਿਬ ਜਪਜੀ ਸਾਹਿਬ ਇੱਕੋ ਇੱਕ ਬਾਣੀ ਹੈ ਗੁਰੂ ਗ੍ਰੰਥ ਸਾਹਿਬ ਦੀ ਜਿਸ ਵਿੱਚ ਕੋਈ ਰਾਗ ਰਹਿਤ ਮਤਲਬ ਕੋਈ ਰਾਗ ਦੀ ਵਰਤੋਂ ਨਹੀਂ ਕੀਤੀ ਗਈ ਜਿਸ ਨੂੰ ਆਪਾਂ ਰਾਗ ਰਹਿਤ ਬਾਣੀ ਕਹਿੰਦੇ ਹਾਂ ਤੇ ਇਸ ਤੋਂ ਇਲਾਵਾ ਜਿਹੜਾ ਹੈ ਇਸ ਦੇ ਉੱਪਰ ਵੀ ਕੋਈ ਮਹੱਲਾ ਸੰਕੇਤ ਅੰਕਿਤ ਨਹੀਂ ਕੀਤਾ ਗਿਆ ਯਾਨੀ ਕਿ ਆਪਾਂ ਨੂੰ ਇਹ ਨਹੀਂ ਪਤਾ ਕਿ ਕਿਸ ਗੁਰੂ ਦੀ ਹੈ ਮਤਲਬ ਆਪਾਂ ਨੂੰ ਇਹ ਨਹੀਂ ਪਤਾ ਵੀ ਗੁਰੂ ਨਾਨਕ ਦੇਵ ਜੀ ਦੀ ਹੈ ਪਰੰਤੂ ਗੁਰਬਾਣੀ ਵਿੱਚ ਇਹ ਅੰਕਿਤ ਨਹੀਂ ਕੀਤਾ ਗਿਆ ਹੈ ਅੱਗੇ ਹੈ ਜੀ ਪ੍ਰਸ਼ਨ ਨੰਬਰ 24 ਭਾਰਤ ਵਿੱਚ ਆਉਣ ਵਾਲਾ ਪਹਿਲਾ ਸੂਫੀ ਸ਼ੇਖ ਕੌਣ ਸੀਗਾ ਤਾਂ ਚਾਰ ਆਪਸ਼ਨ ਆ ਹਨ ਹਜਰਤ ਬਹਾਉਦੀਨ ਜਕਰੀਆ ਹਜਰਤ ਬਲੀ ਅਲੀ ਬਿਨ ਉਸਮਾਨ ਅਲ ਹੁਜਵੈਰੀ ਖਵਾਜਾ ਮੋਇਨੂਦੀਨ हसन ਚਿਸ਼ਤੀ ਮੌਲਾਨਾ ਜਲਾਲਉਦੀਨ ਰੂਮੀ ਦੇਖੋ ਸਾਥੀਓ ਜੋ ਇਸ ਦਾ ਰਾਈਟ ਆਨਸਰ ਆਏਗਾ ਉਹ ਆਏਗਾ ਆਪਸ਼ਨ ਨੰਬਰ ਬੀ ਭਾਰਤ ਵਿੱਚ ਪਹਿਲਾ ਸੂਫੀ ਕਵੀ ਜਿਹੜਾ ਆਇਆ ਸੀ ਸੂਫੀ ਸ਼ੇਖ ਆਇਆ ਸੀਗਾ ਹਜਰਤ ਅਲੀ ਬਿਨ ਉਸਮਾਨ ਅਲ ਹੁਜਵੈਰੀ ਅੱਗੇ ਜੀ ਪੁਰਾਤਨ ਜਨਮ ਸਾਖੀ ਅਨੁਸਾਰ ਗੁਰੂ ਨਾਨਕ ਦੇਵ ਜੀ ਨੇ ਕਿੰਨੀਆਂ ਉਦਾਸੀਆਂ ਕੀਤੀਆਂ ਬਹੁਤ ਮਹੱਤਵਪੂਰਨ ਪ੍ਰਸ਼ਨ ਹੈ ਜੇਕਰ ਆਪਾਂ ਵੈਸੇ ਗੱਲ ਕਰੀਏ ਤਾਂ ਆਪਾਂ ਨੂੰ ਪਤਾ ਕਿ ਗੁਰੂ ਨਾਨਕ ਦੇਵ ਜੀ ਨੇ ਟੋਟਲ 4 ਉਦਾਸੀਆਂ ਕੀਤੀਆਂ ਸੀਗੀਆਂ ਪੂਰਬ ਪੱਛਮ ਉੱਤਰ ਤੇ ਦੱਖਣ ਵਿੱਚ ਪਰੰਤੂ ਜਿਹੜਾ ਪੁਰਾਤਨ ਜਨਮ ਸਾਖੀ ਉਸ ਵਿੱਚ ਜਨਮ ਸਾਖੀਆਂ ਦੀ ਗਿਣਤੀ ਹੋਰ ਦੱਸੀ ਹੋਈ ਹੈ ਤਾਂ ਉਹ ਹੈ ਜੀ 5 ਯਾਨੀ ਕਿ ਜਿਹੜੀ ਪੁਰਾਤਨ ਜਨਮ ਸਾਖੀ ਉਸ ਵਿੱਚ ਦੱਸਿਆ ਗਿਆ ਕਿ 5 ਦਿਸ਼ਾਵਾਂ ਵਿੱਚ ਜਿਹੜਾ ਹੈ ਗੁਰੂ ਨਾਨਕ ਦੇਵ ਜੀ ਨੇ 5 ਉਦਾਸੀਆਂ ਕੀਤੀਆਂ ਸੀ 5 ਦਿਸ਼ਾਵਾਂ ਨਹੀਂ 5 ਉਦਾਸੀਆਂ ਕੀਤੀਆਂ ਸਨ ਅੱਗੇ ਹੈ ਜੀ ਇਸਲਾਮ ਦੇ ਮੁੱਖ ਰੁਕਨ ਸਨ ਕਿੰਨੇ ਰੁਕਨ ਸਨ 6 4 5 ਜਾਂ 7 ਤਾਂ ਇਹ ਪ੍ਰਸ਼ਨ ਆਪਾਂ ਪਿੱਛੇ ਵੀ ਕਰ ਚੁੱਕੇ ਹਾਂ ਤਾਂ ਇਸਲਾਮ ਦੇ ਪੰਜ ਰੁਕਨ ਹਨ ਕਿਹੜੇ-ਕਿਹੜੇ ਨਮਾਜ਼ ਅਦਾ ਕਰਨੀ ਨਮਾਜ਼ ਪੜ੍ਹਨੀ ਰੋਜ਼ੇ ਰੱਖਣਾ ਹੱਜ ਦੀ ਯਾਤਰਾ ਕਰਨਾ ਜ਼ਕਾਤ ਕਰ ਦੇਣਾ ਅਤੇ ਰੋਜ਼ੇ ਹਸ਼ਮ ਤਾਂ ਇਹ ਜਿਹੜੇ ਸੀ ਇਹਨਾਂ ਦੇ ਕੀ ਸੀਗੇ ਪੰਜ ਰੁਕਨਸਨ ਅਗਿਆ ਜੀ ਸੂਫੀ ਮਤ ਵਿੱਚ ਸ਼ਰੀਅਤ ਤੋਂ ਬਾਅਦ ਕਿਹੜੀ ਮੰਜ਼ਿਲ ਆਉਂਦੀ ਹੈ ਯਾਨੀ ਕਿ ਜਿਹੜਾ ਸੂਫੀ ਮਤ ਦੀ ਆਪਾਂ ਗੱਲ ਕਰਦੇ ਹਾਂ ਤਾਂ ਉਸ ਵਿੱਚ ਸੂਫੀ ਮਤ ਵਿੱਚ ਸ਼ਰੀਅਤ ਪਹਿਲੇ ਪੜਾ ਤੇ ਹੁੰਦੀ ਹੈ ਉਸ ਤੋਂ ਬਾਅਦ ਕਿਹੜੀ ਮੰਜ਼ਿਲ ਆਉਂਦੀ ਹੈ ਚਾਰ ਆਪਸ਼ਨ ਹਨ ਆਪਣੇ ਕੋਲ ਹਕੀਕਤ ਮਾਰਫਤ ਤਰੀਕਤ ਅਤੇ ਫਨਾ ਜੇ ਆਪਾਂ ਸੂਫੀ ਮਤ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਉਂਦੀ ਹੈ ਸ਼ਰੀਅਤ ਫਿਰ ਆਉਂਦੀ ਹੈ ਤਰੀਕਤ ਫਿਰ ਆਉਂਦੀ ਹੈ ਮਾਰਫਤ ਫਿਰ ਆਉਂਦੀ ਹੈ ਹਕੀਕਤ ਤਾਂ ਚਾਰ ਪੜਾਅ ਹੋ ਗਏ ਤਾਂ ਸੈਕਿੰਡ ਕਿਹੜਾ ਬਣੇਗਾ ਤਰੀਕਤ ਸ਼ਰੀਅਤ ਤੋਂ ਬਾਅਦ ਦੂਜੀ ਮੰਜ਼ਲ ਪੁੱਛੀ ਗਈ ਹੈ ਤਾਂ ਉਹ ਤਰੀਕਤ ਤਾਂ ਸੀ ਆਪਸ਼ਨ ਜੋ ਹੋਏਗਾ ਆਪਣੇ ਇਸ ਪ੍ਰਸ਼ਨ ਦਾ ਸਹੀ ਆਨਸਰ ਹੋਏਗਾ ਅੱਗੇ ਜੀ ਇਸਲਾਮ ਵਿੱਚ ਰੋਜ਼ਾ ਰੋਜ਼ੇ ਮਤਲਬ ਵਰਤ ਜਿਹੜੇ ਆਪਾਂ ਰੱਖਦੇ ਹਾਂ ਹਿੰਦੂ ਧਰਮ ਵਿੱਚ ਇਸਲਾਮ ਵਿੱਚ ਵਰਤ ਕੀ ਹਨ ਹਰ ਇੱਕ ਮੁਸਲਿਮ ਤੇ ਲਾਜ਼ਮ ਕੀਤਾ ਗਿਆ ਯਾਨੀ ਕਿ ਲਾਜ਼ਮੀ ਕੀਤਾ ਗਿਆ ਹੈ ਮੁਸਲਿਮ ਦੀ ਮਰਜ਼ੀ ਤੇ ਨਿਰਬਲ ਆ ਜਾਂ ਰੱਖਣਾ ਚਾਹੀਦਾ ਰੱਖੇ ਨਹੀਂ ਤਾਂ ਨਾ ਰੱਖੇ ਰੋਜ਼ੇ ਦਾ ਜਿਆਦਾ ਮਹੱਤਵ ਨਹੀਂ ਹੈ ਯਾਨੀ ਕਿ ਜਿਹੜੇ ਰੋਜ਼ੇ ਰੱਖਦਾ ਉਸ ਦਾ ਕੋਈ ਮਹੱਤਵ ਨਹੀਂ ਹੈ ਬਿਮਾਰਾ ਕਮਜ਼ੋਰ ਬਜ਼ੁਰਗਾਂ ਤੇ ਨਿੱਕੇ ਬੱਚਿਆਂ ਤੇ ਗਰਭਵਤੀ ਔਰਤਾਂ ਨੂੰ ਛੋੜ ਦਿੱਤੀ ਗਈ ਹੈ ਤਾਂ ਜੋ ਰਾਈਟ ਆਨਸਰ ਬਣੇਗਾ ਉਹ ਹੈ ਜੀ ਬਿਮਾਰ कमजोर बुजुर्गा ते निके बच्चा ते जो गर्भवती ਔਰਤਾ ਹਨ ਉਹਨਾਂ ਨੂੰ ਛੂੜ ਦਿੱਤੀ ਗਈ ਹੈ ਤਾਂ ਡੀ ਆਪਸ਼ਨ ਜੋ ਹੈ ਇਸ ਪ੍ਰਸ਼ਨ ਦਾ ਸਹੀ ਆਨਸਰ ਹੋਵੇਗਾ ਅੱਗੇ ਆ ਜੀ ਸਲਾਮ ਵਿੱਚ ਨਮਾਜ਼ ਜਿਹੜੀ ਸਲਾਮ ਵਿੱਚ ਨਮਾਜ਼ ਹੁੰਦੀ ਹੈ ਉਹ ਘਰ ਵੀ ਪੜੀ ਜਾ ਸਕਦੀ ਹੈ ਮਸਜਿਦ ਹਰ ਹਿਕ ਨੇ ਜਾਣਾ ਹੈ ਮੁਸਲਿਮ ਦੀ ਮਰਜ਼ੀ ਤੇ ਨਿਰਭਰ ਕਰਦਾ ਹੈ ਔਰਤਾਂ ਤੇ ਬਿਮਾਰਾਂ ਨੂੰ ਛੱਡ ਕੇ ਮਸਜਿਦ ਵਿੱਚ ਨਮਾਜ਼ ਪੜਨ ਦੀ ਹਦਾਇਤ ਹੈ ਦੇਖੋ ਸਾਥੀਓ ਜਿਹੜਾ ਇਸਲਾਮ ਧਰਮ ਹੈ ਉਸ ਵਿੱਚ ਜਿਹੜੀਆਂ ਮਸਜਿਦਾਂ ਹੁੰਦੀਆਂ ਹਨ ਉਸ ਵਿੱਚ ਨਮਾਜ਼ ਅਦਾ ਕੀਤੀ ਜਾਂਦੀ ਹੈ ਪਰੰਤੂ ਜਿਹੜੀਆਂ ਔਰਤਾਂ ਹੁੰਦੀਆਂ ਹਨ ਔਰਤਾਂ ਨੂੰ ਜਿਹੜਾ ਹੈ ਨਮਾਜ਼ ਮਸਜਿਦ ਵਿੱਚ ਜਾਣਾ ਮਨਾ ਹੈ ਤਾਂ ਇਸ ਤਰ੍ਹਾਂ ਰਾਈਟ ਆਨਸਰ ਜੋ ਹੋਏਗਾ ਜਿਹੜੀਆਂ ਔਰਤਾਂ ਤੇ ਬਿਮਾਰ ਲੋਕ ਹਨ ਉਹਨਾਂ ਨੂੰ ਮਸਜਿਦ ਵਿੱਚ ਨਮਾਜ਼ ਪੜਨ ਦੀ ਹਦਾਇਤ ਨਹੀਂ ਹੈ ਯਾਨੀ ਕਿ ਜਿਹੜੇ ਔਰਤਾਂ ਹਨ ਤੇ ਬਿਮਾਰ ਲੋਕ ਹਨ ਉਹ ਨਮਾਜ਼ ਮਸਜਿਦ ਵਿੱਚ ਜਾ ਕੇ ਨਹੀਂ ਪੜ ਸਕਦੇ ਜਿਹੜੇ ਬਾਕੀ ਲੋਕ ਹਨ ਉਹਨਾਂ ਨੂੰ ਨਮਾਜ਼ ਮਸਜਿਦ ਵਿੱਚ ਜਾ ਕੇ ਪੜ੍ਹਨੀ ਚਾਹੀਦੀ ਹੈ ਅੱਗੇ ਹੈ ਜੀ ਇਸਲਾਮ ਵਿੱਚ ਹੱਜ ਹੱਜ ਮੈਂ ਤੁਹਾਨੂੰ ਦੱਸਿਆ ਕਿ ਜਿਵੇਂ ਆਪਾਂ ਧਾਰਮਿਕ ਯਾਤਰਾ ਕਰਦੇ ਆ ਉਵੇਂ ਇਹਨਾਂ ਦੀ ਇੱਕ ਧਾਰਮਿਕ ਯਾਤਰਾ ਹੁੰਦੀ ਹੈ ਠੀਕ ਹੈ ਜੀ ਤੇ ਧਾਰਮਿਕ ਯਾਤਰਾ ਜਿਵੇਂ ਆਪਾਂ Hindu ધਰਮ ਵਿੱਚ ਹਰਦوار ਹੋ ਗਿਆ ਮਾ ਵੈਸ਼ਨੋ ਦੇਵੀ ਹੋ ਗਿਆ ਹੋਰ ਧਾਰਮਿਕ ਸਥਾਨਾਂ ਜਾਂਦੇ ਆ ਤਾਂ ਇਹਨਾਂ ਦਾ ਮੱਕੇ ਤੇ ਮਦੀਨੇ ਦਾ ਜਿਹੜੀ ਹੈ ਯਾਤਰਾ ਕੀਤੀ ਜਾਂਦੀ ਹੈ ਤਾਂ ਕੀ ਲਿਖਿਆ ਹੈ ਮੁਸਲਮਾਨ ਲਈ ਜ਼ਰੂਰੀ ਨਹੀਂ ਹੈ ਸ਼ਰੀਅਤ ਨੇ ਲਾਜ਼ਮੀ ਕੀਤਾ ਹੈ ਗਰੀਬਾਂ ਨੂੰ ਛੋੜ ਦਿੱਤੀ ਗਈ ਹੈ ਹਰ ਮੁਸਲਮ ਦੀ ਇੱਛਾ ਹੈ ਕਿ ਉਹ ਹੱਜ ਕਰੇ ਤਾਂ ਜੋ ਰਾਈਟ ਆਨਸਰ ਬਣੇਗਾ ਆਪਣਾ ਉਹ ਹੈ ਜੀ ਹਰ ਮੁਸਲਮ ਦੀ ਇੱਛਾ ਹੁੰਦੀ ਹੈ ਕਿ ਉਹ ਹੱਜ ਕਰੇ ਯਾਨੀ ਕਿ ਇਹ ਕਿਹਾ ਗਿਆ ਹੈ ਕਿ ਉਹਨਾਂ ਦੇ ਇਸਲਾਮ ਦੇ ਪੰਜ ਰੁਕਨਾ ਵਿੱਚ ਕਿ ਜਿਹੜਾ ਮੁਸਲਮਾਨ ਜਿਹੜਾ ਇਸਲਾਮ ਨੂੰ ਮੰਨਣ ਵਾਲਾ ਲੋਕ ਹੈ ਉਹ ਆਪਣੀ ਜ਼ਿੰਦਗੀ ਵਿੱਚ ਇੱਕ ਵਾਰੀ ਜਿਹੜਾ ਹੈ ਜ਼ਰੂਰ ਹੱਜ ਕਰੇ ਤਾਂ ਡੀ ਆਪਸ਼ਨ ਜੋ ਹੈ ਇਸ ਪ੍ਰਸ਼ਨ ਦਾ ਸਹੀ ਆਨਸਰ ਹੈ ਇਸ ਤੋਂ ਇਲਾਵਾ ਜਿਹੜਾ ਤੁਸੀਂ ਸਾਡੇ ਵੈਬਪੁੱਪਰ ਜਿਹੜਾ ਪੰਜਾਬ ਪੁਲਿਸ ਪੰਜਾਬ ਸੁਪਰਵਾਈਜ਼ਰ ਅਤੇ ਈਟੀਟੀ ਸੈਕੰਡ ਪੇਪਰ ਦੀ ਕੋਚਿੰਗ ਲੈ ਸਕਦੇ ਹੋ ਤੁਸੀਂ ਉਸ ਦੇ ਡੈਮੋਸ ਜਿਹੜਾ ਟਟ ਬੱਜ ਐਪ ਡਾਊਨਲੋਡ ਕਰਕੇ ਚੈੱਕ ਕਰ ਸਕਦੇ ਹੋ ਤੇ ਇਸ ਤੋਂ ਇਲਾਵਾ ਜਿਹੜਾ ਹੈ ਤੁਸੀਂ ਸਾਡਾ ਟੱਟ ਬੋਝ ਜਿਹੜਾ YouTube ਚੈਨਲ ਹੈ ਤੁਸੀਂ ਉਸ ਨੂੰ ਜਿਹੜਾ ਹੈ ਸਬਸਕ੍ਰਾਈਬ ਕਰ ਸਕਦੇ ਹੋ YouTube ਚੈਨਲ ਨੂੰ ਜਿਸ ਵਿੱਚ ਜਿਹੜਾ ਹੈ ਤੁਹਾਨੂੰ ਲੇਟੈਸਟ ਨੋਟੀਫਿਕੇਸ਼ਨ ਜਿਹੜੇ ਹਨ ਉਹ ਮਿਲਦੇ ਰਹਿਣਗੇ ਨਵੀਂ-ਨਵੀਂ ਵੀਡੀਓ ਤੁਹਾਨੂੰ ਮਿਲਦੀ ਰਹਿਣਗੇ ਐਜੂਕੇਸ਼ਨ ਅਰ ਰਿਲੇਟਡ ਜਿਸ ਨਾਲ ਤੁਹਾਡੀ ਜਿਹੜੀ ਐਗਜ਼ਾਮ ਦੀ ਤਿਆਰੀ ਜਿਹੜੀ ਹੈ ਹੋਰ ਵਧੀਆ ਹੋ ਸਕਦੀ ਹੈ ਤਾਂ ਇਹ ਸੀਗਾ ਸਾਥੀਓ ਆਪਣਾ ਅੱਜ ਦਾ ਡੇ 3 ਦਾ MCQ ਵਾਲਾ ਭਾਗ ਉਮੀਦ ਕਰਦੇ ਹਾਂ ਕਿ ਤੁਹਾਨੂੰ ਜਿਹੜਾ ਹੈ ਸੈਸ਼ਨ ਪਸੰਦ ਆਇਆ ਹੋਵੇਗਾ ਮਿਲਦੇ ਹਾਂ ਜੀ ਆਪਾਂ ਇੱਕ ਨਵਾਂ ਸੈਸ਼ਨ ਲੈ ਕੇ ਕੱਲ ਡੇ 4 ਜਿਸ ਵਿੱਚ ਆਪਾਂ ਨਵੇਂ-ਨਵੇਂ MCQ's ਕਰਾਂਗੇ ਤਾਂ ਆਪ ਜੀ ਦਾ ਬਹੁਤ-ਬਹੁਤ ਧੰਨਵਾਦ